ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਇਹਦੇ ਲਈ ਧੰਨਵਾਦ ਅੱਜ ਤੁਹਾਨੂੰ ਮੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਖਿਡਕੀਆਂ ਪਿੰਡ ਦੀ ਇੱਕ ਲੜਕੀ ਦਾ ਆਪਣੇ ਪਿੰਡ ਦੇ ਇੱਕ ਲੜਕੇ ਨਾਲ ਪਿਆਰ ਹੋ ਗਿਆ ਅਤੇ ਉਹਨਾਂ ਦੇ ਸਰੀਰਕ ਸੰਬੰਧਾਂ ਨਾਲ ਲੜਕੀ ਗਰਭਪਤੀ ਹੋ ਗਈ ਅਤੇ ਉਸਨੇ ਇੱਕ ਲੜਕੇ ਨੂੰ ਜਨਮ ਦਿੱਤਾ ਘਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਉਹ ਪਿੰਡ ਵਿੱਚ ਇੱਕ ਡੇਰੇ ਕੋਲ ਇੱਕ ਖੇਤ ਵਿੱਚ ਰਹਿਣ ਲੱਗ ਪਈ ਡੇਰੇ ਦਾ ਇੱਕ ਸਾਧੂ ਉਸ ਬੱਚੇ ਲਈ ਦੁੱਧ ਅਤੇ ਮਾਂ ਲਈ ਭੋਜਨ ਦੇ ਜਾਂਦਾ ਸੀ ਜਦੋਂ ਵਿਦੇਸ਼ ਗਿਆ ਪਿਤਾ ਵਾਪਸ ਮੁੜਿਆ ਤਾਂ ਉਸਨੇ ਧੀ ਨੂੰ ਪੁੱਛਿਆ ਕਿ ਉਹ ਬੱਚਾ ਕਿਸ ਦਾ ਸੀ ਆਪਣੇ ਪ੍ਰੇਮੀ ਨੂੰ ਬਚਾਉਣ ਦੇ ਉਦੇਸ਼ ਨਾਲ ਉਸ ਲੜਕੀ ਨੇ ਦੁੱਧ ਲੈ ਕੇ ਆਉਣ ਵਾਲੇ ਸਾਧੂ ਦਾ ਨਾਂ ਲੈ ਦਿੱਤਾ ਪਿੰਡ ਵਾਲਿਆਂ ਨੇ ਕੁੱਟਕੁੱਟ ਕੇ ਸਾਧੂ ਅਦਮੋਇਆ ਕਰ ਦਿੱਤਾ ਪਰ ਉਹ ਬੱਚੇ ਲਈ ਫਿਰ ਵੀ ਦੁੱਧ ਪਹੁੰਚਾਉਂਦਾ ਰਿਹਾ ਪਿੰਡ ਵਾਲੇ ਉਸ ਨੂੰ ਬੱਚੇ ਦਾ ਪਿਤਾ ਦੱਸ ਦੇ ਤਾਂ ਉਹ ਇਨਕਾਰ ਨਹੀਂ ਸੀ ਕਰਦਾ ਤੇ ਖਿੜੇ ਮੱਥੇ અપਮਾਨ ਨੂੰ ਬਰਦਾਸ਼ਤ ਕਰਦਾ ਸੀ ਲੜਕੀ ਉਸ ਸਾਧੂ ਦੇ ਵਿਹਾਰ ਨੂੰ ਵੇਖ ਕੇ ਬੜਾ ਪਛਤਾਈ ਅਤੇ ਉਸਨੇ ਮਾਪਿਆਂ ਨੂੰ ਦੱਸ ਦਿੱਤਾ ਕਿ ਬੱਚਾ ਸਾਧੂ ਦਾ ਨਹੀਂ ਸੀ ਜਿਸ ਦਾ ਸੀ ਉਸ ਦਾ ਨਾਂ ਲੈ ਦਿੱਤਾ ਪਿੰਡ ਵਾਲੇ ਨੇ ਡੇਰੇ ਜਾ ਕੇ ਸਾਧੂ ਤੋਂ ਮਾਫੀ ਮੰਗੀ ਅਤੇ ਪੁੱਛਿਆ ਕਿ ਜਦੋਂ ਉਸ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਉਸ ਵੇਲੇ ਉਸਨੇ ਕਿਉਂ ਨਹੀਂ ਸੀ ਕਿਹਾ ਕਿ ਬੱਚਾ ਉਸ ਦਾ ਨਹੀਂ ਸੀ ਸਾਧੂ ਨੇ ਕਿਹਾ ਮੈਂ ਜਾਣਦਾ ਸੀ ਬੱਚਾ ਮੇਰਾ ਨਹੀਂ ਬੱਚੇ ਦੀ ਮਾਂ ਜਾਣਦੀ ਸੀ ਕਿ ਬੱਚਾ ਮੇਰਾ ਨਹੀਂ ਸੀ ਪਰਮਾਤਮਾ ਜਾਣਦਾ ਸੀ ਕਿ ਬੱਚਾ ਕਿਸ ਦਾ ਸੀ ਮੇਰੀ ਆਤਮਾ ਸ਼ਾਂਤ ਸੀ ਸੱਟਾਂ ਸਰੀਰ ਤੇ ਲੱਗੀਆਂ ਸਨ ਆਤਮਾ ਸੁਰੱਖਿਅਤ ਸੀ ਮੈਂ ਸਾਧੂ ਹਾਂ ਮੈਂ ਸਾਧੂ ਵਾਲਾ ਹੀ ਵਿਹਾਰ ਕਰਨਾ ਸੀ 20 ਸਾਲ ਦਾ ਇੱਕ ਸੰਗੀਤ ਵਿਦਿਆਰਥੀ ਪ੍ਰਸਿੱਧ ਸੰਗੀਤ ਸ਼ਾਸਤਰੀ ਰਵੀ ਸ਼ੰਕਰ ਕੋਲ ਪੁੱਛਣ ਗਿਆ ਕਿ ਮੈਂ ਸਿਤਾਰ ਕਿਵੇਂ ਵਜਾਵਾਂ ਉਸ ਦੀ ਸੋਚ-ਬੋਝ ਨੂੰ ਵੇਖ ਕੇ ਰਵੀ ਸ਼ੰਕਰ ਨੇ ਕਿਹਾ ਸਿਤਾਰ ਸਿੱਖਣ ਤੋਂ ਪਹਿਲਾਂ ਤੁਸੀਂ ਹਾਰਮੋਨੀਅਮ ਵਜਾਉਣਾ ਸਿੱਖੋ ਰਵੀ ਸ਼ੰਕਰ ਦੀ ਗੱਲ ਸੁਣ ਕੇ ਸੰਗੀਤ ਵਿਦਿਆਰਥੀ ਨੇ ਕਿਹਾ ਔਰ ਤੁਸੀਂ ਤਾਂ 10 ਸਾਲ ਦੀ ਉਮਰ ਵਿੱਚ ਹੀ ਸਤਾਰ ਵਜਾਉਣ ਲੱਗ ਪਏ ਸੀ ਰਵੀ ਸ਼ੰਕਰ ਨੇ ਕਿਹਾ ਹਾਂ ਮੈਂ 10 ਸਾਲ ਦੀ ਉਮਰ ਵਿੱਚ ਸਤਾਰ ਵਜਾਉਣ ਲੱਗ ਪਿਆ ਸੀ ਕਿਉਂਕਿ ਮੈਂ ਕਿਸੇ ਨੂੰ ਪੁੱਛ ਨਹੀਂ ਸੀ ਗਿਆ ਕਿ ਮੈਂ ਸਤਾਰ ਕਿਵੇਂ ਵਜਾਵਾਂ ਵਿਸ਼ਵ ਪ੍ਰਸਿੱਧ ਰੂਸੀ ਨਾਵਲਕਾਰ ਦੋਸਤੋ ਵਸਕੀ ਨੂੰ ਜੂਆ ਖੇਡਣ ਦੀ ਆਦਤ ਸੀ ਅਤੇ ਉਸ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ ਪਤਨੀ ਦੇ ਆਕਾਲ ਚਲਾਣੇ ਕਰਕੇ ਉਸ ਦਾ ਜੀਵਨ ਬੇਮੁਹਾਰ ਹੋ ਗਿਆ ਸੀ ਇੱਕ ਵਾਰੀ ਉਸਨੇ ਇੱਕ ਨਾਵਲ ਲਿਖ ਕੇ ਦੇਣ ਦੇ ਵਾਅਦੇ ਨਾਲ ਆਪਣੇ ਪ੍ਰਕਾਸ਼ਕ ਤੋਂ ਪੇਸ਼ਗੀ ਪੈਸੇ ਲਏ ਅਤੇ ਨਾਵਲ ਨਾ ਲਿਖ ਕੇ ਦੇਣ ਦੀ ਸੂਰਤ ਵਿੱਚ ਦੋਸਤੋ ਵਸਕੀ ਦੇ ਪਹਿਲਾਂ ਲਿਖੇ ਸਾਰੇ ਨਾਵਲਾਂ ਦੀ ਮਾਲਕੀ ਪ੍ਰਕਾਸ਼ਕ ਦੀ ਹੋ ਜਾਣੀ ਸੀ ਪੇਸ਼ਗੀ ਲਈ ਪੈਸਿਆਂ ਨੂੰ ਪੇਸ਼ਗੀ ਲਈ ਪੈਸਿਆਂ ਨੂੰ ਦੋਸਤੋ ਵਸਕੀਨ ਜੂਏ ਵਿੱਚ ਹਾਰ ਗਿਆ ਸੀ ਨਾਵਲ ਲਿਖ ਕੇ ਦੇਣ ਦਾ ਸਮਾਂ ਨੇੜੇ ਆ ਰਿਹਾ ਸੀ ਪਰ ਨਾਵਲ ਲਿਖਣਾ ਤਾਂ ਅਜੇ ਆਰੰਭ ਵੀ ਨਹੀਂ ਸੀ ਹੋਇਆ ਦੋਸਤੋ ਵਸਕੀ ਨੂੰ ਨਹੀਂ ਪਰ ਉਸਦੇ ਦੋਸਤਾਂ ਨੂੰ ਚਿੰਤਾ ਸੀ ਇੱਕ ਵਾਰੀ ਜਦੋਂ ਦੋਸਤ ਜੁੜ ਬੈਠੇ ਤਾਂ ਉਹਨਾਂ ਨੇ ਸੁਝਾਅ ਦਿੱਤਾ ਕਿ ਦੋਸਤੋ ਵਸਕੀ ਨਾਵਲ ਦੀ ਤਜਵੀਜ਼ ਦੱਸੇ ਅਤੇ ਉਹ ਸਾਰੇ ਨਾਵਲदाई ਇਕ ਇਕ ਕਾਂਢ ਲਿਖ ਦੇਣਗੇ ਪਰ ਦੋਸਤੋ ਵਸਕੀ ਨੇ ਇਸ ਸੁਝਾਅ ਪਰਵਾਹ ਨਾ ਕੀਤਾ ਫਿਰ ਇਹ ਫੈਸਲਾ ਕੀਤਾ ਗਿਆ ਕਿ ਨੇੜੇ ਦੇ ਸ਼ਾਰਟ ਹੈਂਡ ਸਖਲਾਈ ਸਕੂਲ ਦੀ ਇੱਕ ਵਿਦਿਆਰਥਣ ਆਇਆ ਕਰੇਗੀ ਅਤੇ ਦੋਸਤੋ ਵਸਕੀ ਬੋਲ ਕੇ ਨਾਵਲ ਲਿਖਵਾਇਆ ਕਰੇਗਾ ਜਿਸ ਨੂੰ ਉਹ ਅਗਲੇ ਦਿਨ ਲੌਂਗ ਹੈਂਡ ਵਿੱਚ ਲਿਖ ਕੇ ਲੈ ਆਇਆ ਕਰੇਗੀ। ਦੋਸਤੋ ਵਸਕੀ ਦੀ ਉਸ ਹੋਂਹ ਹਰ ਲੜਕੀ ਵਿੱਚ ਦਿਲਚਸਪੀ ਜਾਗ ਪਈ। ਇੱਕ ਦਿਨ ਦੋਸਤੋ ਵਸਕੀ ਨੇ ਕੁਝ ਨਾ ਲਿਖਾਇਆ ਅਤੇ ਉਸ ਲੜਕੀ ਨੂੰ ਕਿਹਾ ਮੇਰੇ ਤੋਂ ਇੱਕ ਸਮੱਸਿਆ ਹੱਲ ਨਹੀਂ ਹੋ ਰਹੀ ਤੇਰੀ ਮਦਦ ਚਾਹੀਦੀ ਹੈ। ਦੋਸਤੋ ਵਸਕੀ ਨੇ ਪੁੱਛਿਆ ਮੇਰਾ ਨਾਇਕ 45 ਸਾਲਾਂ ਦਾ ਹੈ, ਤਪਦੀਗ ਦਾ ਮਰੀਜ਼ ਹੈ ਪਰ ਉਹ ਇੱਕ ਪ੍ਰਸਿੱਧ ਕਵੀ ਹੈ ਅਤੇ ਉਸ ਦਾ 20-21 ਸਾਲਾਂ ਦੀ ਚિત੍ਰਕਲਾ ਦੀ ਇੱਕ ਵਿਦਿਆਰਥਣ ਨੂੰ ਨਾਲ ਪਿਆਰ ਹੈ ਪਰ ਉਸ ਨੂੰ ਸੁੱਝ ਨਹੀਂ ਰਿਹਾ ਕਿ ਉਹ ਲੜਕੀ ਸਾਹਮਣੇ ਆਪਣੇ ਪਿਆਰ ਦਾ ਪ੍ਰਗਟਾਵਾ ਕਿਵੇਂ ਕਰੇ ਮੈਂ ਤੇਰੇ ਤੋਂ ਜਾਨਣਾ ਚਾਹੁੰਦਾ ਹਾਂ ਕਿ ਮੇਰੇ ਨਾਇਕ ਨੂੰ ਕੀ ਕਰਨਾ ਚਾਹੀਦਾ ਹੈ ਲੜਕੀ ਨੇ ਸੋਚ ਕੇ ਕਿਹਾ ਉਹ ਪ੍ਰਸਿੱਧ ਕਵੀ ਹੈ ਉਸ ਨੂੰ ਬੇਚਿਜ ਹੋ ਕੇ ਆਪਣਾ ਪਿਆਰ ਪ੍ਰਗਟਾਉਣਾ ਚਾਹੁੰਦਾ ਹੈ ਦੋਸਤੋ ਵਸਕੀ ਨੇ ਪੁੱਛਿਆ ਜੇਹੋ ਪੁਰਸ਼ ਮੇਰੇ ਵਰਗਾ ਹੋਵੇ ਤਾਂ ਕੀ ਉਹ ਲੜਕੀ ਉਸਤੇ ਪਿਆਰ ਨੂੰ ਪ੍ਰਵਾਨ ਕਰ ਲਵੇਗੀ ਲੜਕੀ ਨੇ ਕਿਹਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਮੇਰੇ ਵਿਚਾਰ ਵਿੱਚ ਉਹ ਪ੍ਰਵਾਨ ਕਰ ਲਵੇਗੀ ਦੋਸਤੋ ਵਸਕੀ ਨੇ ਫਿਰ ਕਿਹਾ ਜੇਹੋ ਪੁਰਸ਼ ਮੈਂ ਹੋਮਾ ਅਤੇ ਉਹ ਲੜਕੀ ਤੂੰ ਹੋਵੇਂ ਕਿ ਤੂੰ ਮੇਰਾ ਪਿਆਰ ਪ੍ਰਵਾਨ ਕਰ ਲਵੇਂਗੀ ਲੜਕੀ ਨੇ ਕਿਹਾ ਹਾਂ ਪਰ ਜਦੋਂ ਉਸਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਇਹ ਗੱਲ ਮੈਨੂੰ ਇਤਨੇ ਮੋੜ ਕੋੜ ਪਾ ਕੇ ਕਿਉਂ ਪੁੱਛੀ ਹੈ ਤਾਂ ਦੋਸਤੋ ਵਸਕੀ ਨੇ ਦੱਸਿਆ ਕਿ ਉਸ ਵਿੱਚ ਉਸਦੇ ਮੋਹ ਨਾ ਸੁਣਨ ਦੀ ਹਿੰਮਤ ਨਹੀਂ ਸੀ ਕੁਝ ਦਿਨਾਂ ਵਿੱਚ ਹੀ ਦੋਸਤੋ ਵਸਕੀ ਦਾ ਨਾਵਲ ਮੁਕੰਮਲ ਹੋ ਗਿਆ। ਮਗਰ ਉਸ ਲੜਕੀ ਨੇ ਦੋਸਤੋ ਵਸਕੀ ਨਾਲ ਵਿਆਹ ਕਰਵਾਇਆ। ਅਤੇ ਉਸਨੇ ਨਾਵਲਕਾਰ ਦਾ ਬੇਮੁਹਾਰ ਜੀਵਨ ਨਿਮਬੱਧ ਕੀਤਾ। ਅਤੇ ਦੋਸਤੋ ਵਸਕੀ ਦੇ ਅਗਲੇਰੇ ਸ਼ਾਹਕਾਰ ਨਾਵਲਾਂ ਵਿੱਚ ਉਹ ਮਦਦਗਾਰ ਬਣੀ। ਜਦੋਂ ਕਦੇ ਦੋਸਤੋ ਵਸਕੀ ਉਦਾਸ ਹੁੰਦਾ ਸੀ ਤਾਂ ਉਸ ਨੂੰ ਉਹ ਉਸਦੇ ਨਾਵਲਾਂ ਦੀ ਆਮਦਨ ਵਿੱਚੋਂ ਕੁਝ ਪੈਸੇ ਦੇ ਕੇ ਕਿਹਾ ਕਰਦੀ ਸੀ, "ਜਾਓ, ਜੂਆ ਖੇਡ ਕੇ ਪ੍ਰਸੰਨ ਹੋ ਲੋ।" ਸਿੱਧੇ ਫਰਾਂਸੀਸੀ ਚਿੰਤਕ ਅਤੇ ਲੇਖਕ ਵਾਲਟੇਅਰ ਜਦੋਂ ਵੀ ਕਿਸੇ ਮੁਸ਼ਕਲ ਮੁਸੀਬਤ ਵਿੱਚ ਹੁੰਦਾ ਸੀ ਤਾਂ ਉਹ ਆਪਣੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਅਤੇ ਜਲਦੀ ਮਰ ਜਾਣ ਦੀਆਂ ਅਫਵਾਹਾਂ ਫਲਾ ਦਿੰਦਾ ਸੀ ਇਹ ਅਫਵਾਹਾਂ ਕਈ ਵਾਰ ਫੈਲੀਆਂ ਪਰ ਵਾਲਟੇਅਰ ਨੂੰ ਆਪਣੇ ਮਰਨ ਦੀਆਂ ਅਫਵਾਹਾਂ ਸੱਚੀਆਂ ਸਾਬਤ ਕਰਨ ਵਿੱਚ 84 ਸਾਲ ਲੱਗੇ ਵਪਾਰ ਵਿੱਚ ਵਿਕਾਸ ਕਰਨਾ ਹੈ ਤਾਂ ਵਪਾਰਕ ਨੈਤਿਕਤਾ ਅਪਣਾਉਣੀ ਪਵੇਗੀ ਜੇ ਕਿਸੇ ਵਿਅਕਤੀ ਨੂੰ ਮਿੱਥੇ ਸਮੇਂ ਤੇ ਅਦਾਇਗੀ ਨਹੀਂ ਕੀਤੀ ਜਾ ਸਕੀ ਤਾਂ ਉਸ ਕੋਲ ਆਪ ਜਾ ਕੇ ਨਿਮਰਤਾ ਨਾਲ ਦੱਸੋ ਕਿ ਤੁਸੀਂ ਕਦੋਂ ਅਦਾਇਗੀ ਕਰ ਸਕੋਗੇ ਤੁਸੀਂ ਇਹ ਦੱਸਣ ਲਈ ਆਪ ਉਸ ਕੋਲ ਜਾਓ ਨਾ ਕਿ ਉਹ ਪੁੱਛਣ ਲਈ ਆਏ ਜੇ ਅਦਾਇਗੀ ਦੇ ਪੈਸੇ ਤਿਆਰ ਹਨ ਤਾਂ ਆਪ ਜਾ ਕੇ ਅਦਾਇਗੀ ਕਰੋ ਨਾ ਕਿ ਉਸ ਨੂੰ ਅਦਾਇਗੀ ਲੈਣ ਲਈ ਬੁਲਾਓ ਜੇ ਤੁਸੀਂ ਕਿਸੇ ਦੇ 1 ਲੱਖ ਦੇਣੇ ਹਨ ਅਤੇ ਤੁਹਾਡੇ ਕੋਲ 50000 ਤਿਆਰ ਹਨ ਤਾਂ ਛੋਟੇ ਲੈਣਦਾਰਾਂ ਦੀ ਅਦਾਇਗੀ ਪਹਿਲਾਂ ਕਰੋ ਅਤੇ ਵੱਡੇ ਲੈਣਦਾਰਾਂ ਦੀ ਅੰਸ਼ਿਕ ਅਦਾਇਗੀ ਜ਼ਰੂਰ ਕਰੋ ਉਹਨਾਂ ਕੋਲ ਆਪ ਜਾਓ ਉਹਨਾਂ ਨੂੰ ਤੁਹਾਡੇ ਕੋਲ ਨਾ ਆਉਣਾ ਪਵੇ ਅਜਿਹਾ ਕਰਨ ਨਾਲ ਹਰ ਕੋਈ ਤੁਹਾਡੇ ਨਾਲ ਵਪਾਰ ਕਰਨਾ ਪਸੰਦ ਕਰੇਗਾ ਇਹਨਾਂ ਗੱਲਾਂ ਨਾਲ ਤੁਹਾਡਾ ਵਪਾਰ ਚੱਲੇਗਾ ਹੀ ਨਹੀਂ ਛੜੱਪੇ ਵੀ ਮਾਰੇਗਾ ਜਦੋਂ ਕੋਈ ਪਰਿਵਾਰ ਨਿਰੰਤਰ ਕਈ ਪੀੜੀਆਂ ਸੌਸ ਲੀਕਿਆ ਤੇ ਖੁਸ਼ਹਾਲੀ ਵਾਲਾ ਜੀਵਨ ਗੁਜ਼ਾਰਦਾ ਹੈ ਤਾਂ ਉਸ ਨੂੰ ਪਰਿਵਾਰ ਨਹੀਂ ਖਾਨਦਾਨ ਕਿਹਾ ਜਾਂਦਾ ਹੈ ਬੰਗਾਲ ਵਿੱਚ ਟੈਗੋਰ ਪਰਿਵਾਰ ਟੈਗੋਰ ਖਾਨਦਾਨ ਅਖਵਾਉਂਦਾ ਹੈ ਗਾਂਧੀ ਜੀ ਜਦੋਂ ਕੋਲਕਾਤਾ ਜਾਂਦੇ ਸਨ ਤਾਂ ਉਹ ਇਸ ਖਾਨਦਾਨ ਦੇ ਮਹਿਮਾਨ ਹੁੰਦੇ ਸਨ ਟੈਗੋਰ ਖਾਨਦਾਨ ਦੀ ਹਵੇਲੀ ਵਿੱਚ ਲਗਭਗ 300 ਵਿਅਕਤੀ ਰਹਿੰਦੇ ਸਨ ਅਤੇ ਘਰ ਦੇ ਜੀ ਆਪ ਹੀ ਘਰ ਦੇ ਅੰਦਰ ਰਾਮਲੀਲਾ ਕਰਦੇ ਸਨ ਜਿੱਥੇ ਉਹ ਆਪ ਹੀ ਅਦਾਕਾਰ ਹੁੰਦੇ ਸਨ ਅਤੇ ਆਪ ਹੀ ਦਰਸ਼ਕ ਸਤਿ ਅਸਿਟਾ ਗੋਰ ਖਾਨਦਾਨ ਦਾ ਦਾਦਵਾਰ ਕਾਨਾਤ 52 ਸਾਲ ਦੀ ਉਮਰ ਵਿੱਚ ਲੰਡਨ ਵਿੱਚ ਸੁਰਗਵਾਸ ਹੋ ਗਿਆ ਸੀ। ਦਵਾਰਕਾਨਾਥ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚੋਂ ਦਵਿੰਦਰਨਾਥ ਸਰਲ ਸਾਦਾ ਸ਼ਾਨ ਸੌਕਤ ਤੋਂ ਨਿਰਲੇਪ ਹੁਣ ਕਰਨ ਪਿਤਾ ਦਾ ਚਹੇਤਾ ਪੁੱਤਰ ਸੀ। ਪਿਤਾ ਧਨਵਾਨ ਸੀ, ਕਮਾਉਂਦਾ ਸੀ, ਖਰਚਦਾ ਵੀ ਸੀ। ਉਸ ਦੀ ਮਦਦ ਨਾਲ ਸੈਂਕੜੇ ਵਿਦਿਆਰਥੀ ਪੜ੍ਹੇ ਸਨ ਅਤੇ ਦਰਜਨਾ ਉਸ ਦੇ ਖਰਚੇ ਤੇ ਇੰਗਲੈਂਡ ਗਏ ਸਨ। ਲੋਕ ਪਿਤਾ ਨੂੰ ਸਹਿਜਾਦਾ ਕਹਿੰਦੇ ਸਨ ਜਦੋਂ ਕਿ ਪੁੱਤਰ ਰਿਸ਼ੀ કહਾਇਆ ਇਹ ਰਿਸ਼ੀ ਪੁੱਤਰ ਪਿਤਾ ਦੇ ਨੇੜੇ ਸੀ ਪਿਤਾ ਨਾਲੋਂ ਵੀ ਵਧੇਰੇ ਇਹ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੇ ਨੇੜੇ ਸੀ ਬਾਕੀ ਦੇ ਭਰਾ ਵੱਡੇ ਆਉਧਿਆਂ ਤੇ ਲੱਗੇ ਹੋਏ ਸਨ ਜਦੋਂ ਕਿ ਦਵਿੰਦਰ 나ਥ ਵਪਾਰ ਵਿੱਚ ਆਪਣੇ ਪਿਤਾ ਦਾ ਸਹਿਯੋਗੀ ਸੀ ਪਿਤਾ ਦੇ ਮਰਨ ਨਾਲ ਵੱਡਾ ਘਾਟਾ ਪਿਆ ਕਾਰੋਬਾਰ ਬੰਦ ਹੋ ਗਿਆ ਲੈਨਦਾਰਾਂ ਨੇ ਪਰਿਵਾਰ ਨੂੰ ਦਿਵਾਲੀਆ ਇਸ ਕਰਕੇ ਨਾ ਲਾਣਿਆ ਕਿਉਂਕਿ ਉਹ ਦਵਾਰਕਾ ਨਾਸ ਦੀਆਂ ਮਿਹਰਬਾਨੀਆਂ ਨੂੰ ਭੁੱਲੇ ਨਹੀਂ ਸਨ ਪੁੱਤਰ ਦਵਿੰਦਰਨਾਥ ਨੇ ਲੈਨਦਾਰਾਂ ਦਾ ਇਕੱਠ ਕਰਕੇ ਕਿਹਾ ਅਸੀਂ ਲਿਆ ਕਰ ਜਾ ਉਤਾਰਨਾ ਚਾਹੁੰਦੇ ਹਾਂ ਤੁਸੀਂ ਸਾਡੀਆਂ ਜਾਇਦਾਦਾਂ ਆਪਣੇ ਨਾਂ ਕਰਵਾ ਲਵੋ ਲੈਨਦਾਰਾਂ ਨੇ ਕਿਹਾ ਨਹੀਂ ਤੁਸੀਂ ਇੱਕ ਨੇਕ ਇਨਸਾਨ ਦੀ ਔਲਾਦ ਹੋ ਅਸੀਂ ਸਾਰੇ ਰਲ ਕੇ ਤੁਹਾਡਾ ਵਪਾਰ ਮੋੜ ਲਈ ਤੇ ਪਾਲ ਲਵਾਂਗੇ ਛੇਤੀ ਹੀ ਵਪਾਰ ਸੰਤੋਲ ਹੋ ਗਿਆ ਅਤੇ ਕੁਝ ਹਰਸੇ ਮਗਰੋਂ ਪਹਿਲੇ ਵਾਲੀ ਸਥਿਤੀ ਬਹਾਲ ਹੋ ਗਈ। ਦਵਿੰਦਰਨਾਥ ਨੇ ਨਾ ਕੇਵਲ ਸਾਰਾ ਕਰਜ਼ਾ ਮਿਸ਼ਰਤ ਵਿਆਜ ਨਾਲ ਵਾਪਸ ਕੀਤਾ। ਸਗੋਂ ਐਲਾਨ ਕੀਤਾ ਕਿ ਲੰਡਨ ਜਾਣ ਤੋਂ ਪਹਿਲਾਂ ਪਿਤਾ ਦਵਾਰਕਾਨਾਥ ਨੇ ਜਿਨ੍ਹਾਂ ਸੰਸਥਾਵਾਂ ਨੂੰ ਮਦਦ ਦੇਣ ਦਾ ਵਾਅਦਾ ਕੀਤਾ ਸੀ, ਮੈਂ ਪਿਤਾ ਦੀ ਇਸ ਇੱਛਾ ਦੀ ਵੀ ਪੂਰਤੀ ਕਰਾਂਗਾ ਅਤੇ ਉਨ੍ਹਾਂ ਦੇ ਹਰ ਵਾਅਦੇ ਨੂੰ ਨਿਭਾਵਾਂਗਾ। ਪ੍ਰਸਿੱਧ ਕਵੀ ਰਵਿੰਦਰਨਾਥ ਟੈਗੋਰ ਇਸ ਦਵਿੰਦਰਨਾਥ ਦਾ ਪੁੱਤਰ ਸੀ। ਇੱਕ ਵਾਰੀ ਦੋ ਵਿਰੋਧੀ ਤੰਗ ਪੌੜੀਆਂ ਵਿੱਚ ਆਹਮੋ ਸਾਹਮਣੇ ਹੋ ਗਏ ਜਿੱਥੋਂ ਇੱਕ ਸਮੇਂ ਇੱਕ ਹੀ ਵਿਅਕਤੀ ਲੰਘ ਸਕਦਾ ਸੀ। ਕੁੱਲ 18 ਪੌੜੀਆਂ ਸਨ। ਬਲਵਾ ਵਿਅਕਤੀ 13 ਪੌੜੀਆਂ ਚੜਹਾਇਆ ਸੀ। ਜਦੋਂ ਕਿ ਉੱਪਰਲਾ ਵਿਅਕਤੀ 4-5 ਪੌੜੀਆਂ ਹੀ ਉਤਰਿਆ ਉਤਰਿਆ ਸੀ। ਸਲੀਕਾ ਮੰਗ ਕਰਦਾ ਸੀ ਕਿ 4-5 ਪੌੜੀਆਂ ਵਾਲਾ ਵਾਪਸ ਚਲਾ ਜਾਂਦਾ ਅਤੇ 13 ਪੌੜੀਆਂ ਚੜਨ ਵਾਲੇ ਨੂੰ ਲੰਘਣ ਦਿੱਤਾ। ਲੰਘਣ ਦਿੰਦਾ। ਥੱਲੇ ਮੈਂ ਨੇ ਉੱਪਰਲੇ ਨੂੰ ਬੇਨਤੀ ਕੀਤੀ ਕਿ ਉਹ ਰਸਤਾ ਛੱਡ ਦੇਵੇ ਪਰੰਤੂ ਉੱਪਰਲੇ ਨੇ ਕਮਾਂਡਰ ਨਾਲ ਕਿਹਾ ਮੈਂ ਮੂਰਖਾਂ ਵਾਸਤੇ ਰਸਤਾ ਨਹੀਂ ਛੱਡਦਾ 13 ਪੌੜੀਆਂ ਵਾਲਾ ਚੁੱਪ ਕਰਕੇ ਸਾਰੀਆਂ ਪੌੜੀਆਂ ਉਤਰ ਆਇਆ ਅਤੇ ਉੱਪਰਲੇ ਨੂੰ ਥੱਲੇ ਉਤਰ ਕੇ ਲੰਘ ਜਾਣ ਦੇਣ ਵਾਸਤੇ ਅਖੀਰਲੀ ਪੌੜੀ ਦੇ ਕੋਲ ਸੁੰਗੜ ਕੇ ਖਲੋ ਗਿਆ ਜਦੋਂ ਉੱਪਰਲਾ ਲੰਘਣ ਲੱਗਿਆ ਤਾਂ ਥੱਲੇ ਮੈਂ ਨੇ ਕਿਹਾ ਮੈਂ ਛੱਡ ਦਿੰਦਾ ਹਾਂ ਇੱਕ ਸਹਜਾਦਾ ਇੱਕ ਸਧਾਰਨ ਲੜਕੀ ਨੂੰ ਪਿਆਰ ਕਰਦਾ ਸੀ ਰਾਜਾ ਉਸ ਲੜਕੀ ਨੂੰ ਮਿਲਿਆ ਅਤੇ ਕਿਹਾ ਕਿ ਉਹ ਸਹਜਾਦੇ ਨੂੰ ਛੱਡ ਦੇਵੇ ਤਿਆਗ ਦੇਵੇ ਕਿਉਂਕਿ ਜੇ ਸਹਜਾਦੇ ਨੇ ਉਸ ਨਾਲ ਵਿਆਹ ਕਰ ਲਿਆ ਤਾਂ ਰਾਜਕੁਮਾਰੀਆਂ ਦੇ ਵਿਆਹ ਵਿੱਚ ਮੁਸ਼ਕਲ ਹੋਵੇਗੀ ਨਾ ਚਾਹੁੰਦਿਆਂ ਵੀ ਉਹ ਲੜਕੀ ਰਾਜੇ ਦੀ ਗੱਲ ਮੰਨ ਜਾਂਦੀ ਹੈ ਅਤੇ ਸਹਜਾਦੇ ਨੂੰ ਤਿਆਗ ਕੇ ਦੂਰ ਚਲੀ ਜਾਂਦੀ ਹੈ ਸਹਜਾਦਾ ਜਾਣਦਾ ਹੈ ਕਿ ਉਸ ਲੜਕੀ ਨੇ ਉਸ ਨੂੰ ਰੱਦ ਕਰਨਾ ਕਰਨ ਦਾ ਨਾਟਕ ਰਚਿਆ ਹੈ ਦੂਰ ਰਹਿ ਰਹੀ ਉਹ ਲੜਕੀ ਉਦਾਸ ਪਰੀਸ਼ਾਨ ਰਹਿਣ ਕਰਕੇ ਤਪਦਿਕ ਦੇ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ شہਜਾਦੇ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹ ਮਰਨ ਕਿਨਾਰੇ ਹੈ ਤਾਂ ਉਹ ਮਿਲਣ ਲਈ ਚੱਲ ਪੈਂਦਾ ਹੈ ਸੋਚਦਾ ਜਾਂਦਾ ਹੈ ਕਿ ਉਹ ਪਹੁੰਚ ਕੇ ਪਹੁੰਚ ਸਕੇਗਾ ਕਿ ਨਹੀਂ ਇੱਕ ਦੂਜੇ ਨੂੰ ਮਿਲਣ ਲਈ ਉਹਨਾਂ ਨੂੰ 10 ਮਿੰਟ ਹੀ ਮਿਲਦੇ ਹਨ ਜਿਸ ਉਪਰੰਤ ਉਹ ਲੜਕੀ ਮਰ ਜਾਂਦੀ ਹੈ ਉਸ ਦੀ ਜ਼ਿੰਦਗੀ ਦੇ ਇਹ 10 ਮਿੰਟ ਬੜੇ ਕੀਮਤੀ ਸਨ ਉਸ ਤੋਂ ਪਹਿਲਾਂ ਉਹ 20 ਸਾਲ ਜੀਵੀ ਕਿ 22 ਸਾਲ ਇਹਨਾਂ 22 ਸਾਲਾਂ ਦਾ ਕੋਈ ਮਾਤਮ ਨਹੀਂ ਮਹੱਤਵਪੂਰਨ ਹੈ 10 ਮਿੰਟ ਸਨ ਜ਼ਿੰਦਗੀ ਦੇ ਹਰ ਵਰਤਾਰੇ ਵਿੱਚ ਮਹੱਤਵਪੂਰਨ ਕੁਝ ਮਿੰਟ ਹੀ ਹੁੰਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ